ਉੱਥੇ ਅਸੀਂ ਐਂਟਰ ਹੋਏ ਆ ਅਸੀਂ ਜਦੋਂ ਇਸ ਕਾਊਂਟਰ ਤੇ ਆਏ ਤੇ ਵਿੱਚ ਇੱਕ ਐਡਾ ਵੱਡਾ ਚੂਹਾ ਜਿਹੜਾ ਕਿ ਉੱਪਰ ਆ ਰਿਹਾ ਸੀ ਅਸੀਂ ਉਹਦੀ ਵੀਡੀਓ ਵੀ ਬਣਾਈ ਏ ਹੁਣ ਅਸੀਂ ਇੱਥੇ ਹਵੇਲੀ ਦੇ ਮੈਨੇਜਰ ਨਾਲ ਗੱਲ ਕੀਤੀ ਏ ਉਹ ਸਾਨੂੰ ਕਹਿ ਰਹੇ ਆ ਕਿ ਅਸੀਂ ਇਹ ਸਾਰਾ ਸਮਾਨ ਡਿਸਟਰੋਏ ਕਰਵਾ ਰਹੇ ਹਾਂ ਦੇਖੋ ਤੁਸੀਂ ਉਹਦੇ ਉੱਪਰ ਪੂਰਾ ਕਰੋ ਕਿ ਚੂਹਿਆਂ ਵਾਲਾ ਖਾ ਕੇ ਬਿਮਾਰੀਆਂ ਅੱਗੇ ਫੈਲ ਰਹੀਆਂ ਨੇ ਜਿਵੇਂ ਕਿ ਕੋਰੋਨਾ ਦੀ ਮਹਾਮਾਰੀ ਆ ਰਹੀ ਆ ਪਰ ਜੇਕਰ ਰੈਸਟੋਰੈਂਟ ਦੇ ਵਿੱਚ ਸਫਾਈ ਨਾ ਰੱਖੀ ਗਈ ਤਾਂ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਬਿਮਾਰੀ ਦਾ ਵਾਧਾ ਹੋਊਗਾ ਧੰਨਵਾਦ ਸਾਹਮਣੇ ਵੀ ਨਹੀਂ